ਇੱਕ ਹੋਰ ਚੀਜ਼, ਬੁਆਏਫ੍ਰੈਂਡ ਤੇ ਗਰਲਫ੍ਰੈਂਡ ਜਿਹਦਾ ਜਿਹਦੇ ਵੀ ਹੈਗਾ ਛੱਡ ਦਿਓ, ਕਿਉਂਕਿ ਇਹਨਾਂ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ, ਇਹਨਾਂ ਤੁਹਾਨੂੰ ਕਦੇ ਵੀ ਅੱਗੇ ਨਹੀਂ ਵਧਣ ਦੇਣਾ। ਆ ਸੱਚਾ ਪਿਆਰ ਫਿਰ ਜ਼ਰੂਰ ਰੱਖੋ, ਆ ਟਾਈਮ ਟੂ ਟਾਈਮ ਚੇਂਜ ਨਹੀਂ ਕਰਨਾ ਕੰਮ। ਉਸ ਤੋਂ ਵਧੀਆ ਕੀ ਆ ਪਤਾ, ਆਪਣੇ ਮੋਮ ਡੈਡ ਦੀ ਰਿਸਪੈਕਟ ਕਰੋ, ਆਪਣੇ ਮੋਮ ਡੈਡ ਦੀ ਰਿਸਪੈਕਟ ਕਰੋ, ਆਪਣੇ ਮੋਮ ਡੈਡ ਦਾ ਨਾਮ ਸਾਰੀ ਦੁਨੀਆ 'ਚ ਰੋਸ਼ਨ ਕਰੋ। ਇੱਕ ਵਾਰੀ ਆਪਣੇ ਮੋਮ ਡੈਡ ਦੀ ਹੱਥ ਉੱਪਰ ਜਾ ਕੇ ਸ਼ੋਰ ਮਚਾ ਕੇ ਦੱਸੋ ਵੀ ਬੜੇ। ਹਾਂ, ਗਰਲਫ੍ਰੈਂਡ ਬੁਆਏਫ੍ਰੈਂਡ ਤੇ ਬਣਦੇ ਰਹਿੰਦੇ ਆ, ਸਹੀ ਕਿ ਗੱਲ। ਮੇਰਾ ਵੀ ਬੜੀ ਵਾਰ ਦਿਲ ਟੁੱਟਾ, 15-16 ਵਾਰ ਦਿਲ ਟੁੱਟਾ ਮੇਰਾ। ਉਦੋਂ ਨਵਾਂ ਨਵਾਂ ਮੈਂ ਗਾਉਣਾ ਸ਼ੁਰੂ ਕੀਤਾ, ਮੈਨੂੰ ਪਤਾ ਕੀ ਕਹਿੰਦੀ, ਕਹਿੰਦੀ ਮੈਂ ਆਪਸੇ ਕਿਉਂ ਬਾਤ ਕਰੂੰ, ਆਪਕੇ ਤੋਂ ਪਾਸ ਕੁਛ ਨਹੀਂ ਹੈ। ਫਿਰ ਲਾਸਟ ਈਅਰ ਮੈਨੂੰ ਕਾਲ ਕਰਕੇ ਕਹਿੰਦੀ ਮੁਝੇ ਆਪਸੇ ਬਾਤ ਕਰਨੀ ਹੈ। ਮੈਂ ਕਿਹਾ ਮੈਨੂੰ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਮੈਂ ਕਿਹਾ ਇੱਕ ਟਾਈਮ ਤੇ ਮੈਂ ਤੈਨੂੰ ਰਾਣੀ ਬਣਾਉਂਦਾ ਸੀ, ਹੁਣ ਤੂੰ ਮੈਨੂੰ ਜਦੋਂ ਮੈਂ ਹਿੱਟ ਹੋ ਗਿਆ ਹੁਣ ਆ ਕੇ ਗੱਲ ਕਰਨੀ, ਹੁਣ ਮੈਨੂੰ ਤੇਰੀ ਲੋੜ ਨਹੀਂ। ਉਹ ਜਿਹੜਾ ਗਾਣਾ ਸੀ ਨਾ, ਉਹ ਸੁਣ ਮੇਰੀ ਰਾਣੀ ਰਾਣੀ, ਉਹਦੇ ਵਾਸਤੇ ਲਿਖਿਆ ਸੀ। ਉਹਨੇ ਉਦੋਂ ਗੱਲ ਹੀ ਨਹੀਂ ਸਮਝੀ, ਹੁਣ ਵਾਪਸ ਫੋਨ ਕਰਦੀ ਹੈ। ਮੈਂ ਕਿਹਾ ਹੁਣ ਨਹੀਂ ਗੱਲ ਬਣਨੀ। ਸੋ ਆਪਾਂ ਉਸ ਕੁੜੀ ਦੀ ਯਾਦ ਵਿੱਚ ਸਾਰੇ ਇਕੱਠੇ ਗਾਣੇ ਗਾਵਾਂਗੇ, ਠੀਕ ਆ। ਬਣ ਜਾ ਤੂੰ ਮੇਰੀ